ਜਿੱਤ ਤੁਹਾਡੀ ਜਿੱਤ ਹੈ, ਮੈਂ ਇਹਨੂੰ ਫਿਰ ਕਹਾਂਗਾ ਕਿ ਜਿੱਤ ਹਾਰ ਵੀ ਨਹੀਂ ਹੈ, ਮੈਂ ਇਹ ਕਹਾਂਗਾ ਕਿ ਇਹ ਹੱਕ ਹੈ, ਇਹ ਹੱਕ ਤੁਸੀਂ ਲੈ ਕੇ ਦਿੱਤਾ ਵਾ। ਤਰੁਣ ਵਰਗੇ ਲੱਖਾਂ ਨੌਜਵਾਨ ਜਿਹੜੇ ਵੀਡੀਓ ਦੇਖਦੇ ਹੋਣਗੇ, ਮੈਂ ਉਹਨਾਂ ਨੂੰ ਕਹਾਂਗਾ ਕਿ ਨਸ਼ੇ ਨੂੰ ਨਹੀਂ ਖੇਡਾਂ ਨੂੰ ਅਪਣਾਓ, ਸਰਕਾਰਾਂ ਜ਼ਰੂਰ ਸੁਣਨਗੀਆਂ ਜੇ ਤੁਹਾਡੀ ਆਵਾਜ਼ 'ਚ ਹੱਕ ਸੱਚ ਹੋਏ। ਮੈਂ ਧੰਨਵਾਦ ਕਰਨਾ ਚਾਹੂੰਗਾ ਮਾਨ ਸਾਹਿਬ ਦਾ, ਸਰਦਾਰ ਭਗਵੰਤ ਸਿੰਘ ਮਾਨ ਦਾ, ਮੀਤ ਹਾਇਰ ਸਾਹਿਬ ਦਾ, ਮੈਂ ਸਭ ਦਾ ਧੰਨਵਾਦ ਕਰਨਾ ਚਾਹੂੰਗਾ, DC ਲੁਧਿਆਣਾ, ADC ਲੁਧਿਆਣਾ, ਖੰਨਾ ਪ੍ਰਸ਼ਾਸਨ, ਮੈਂ ਹਰ ਇੱਕ ਆਦਮੀ ਜਿਹਨੇ ਤਰੁਣ ਦਾ ਸਾਥ ਦਿੱਤਾ, ਮੈਂ ਉਹਦਾ ਧੰਨਵਾਦ ਕਰ। ਤਰੁਣ ਇੱਕ ਪ੍ਰਾਈਡ ਹੈ ਪੰਜਾਬ ਦਾ, ਇਸ ਦੇਸ਼ ਦਾ। ਕਿਸੇ ਨਾਲ ਕੋਈ ਦੁਸ਼ਮਣੀ ਜਾਂ ਗਿਲਾ ਅਜਿਹਾ ਕਿਸੇ ਨਾਲ ਨਹੀਂ ਹੈ, ਮੈਂ ਹੁਣ ਵੀ ਧੰਨਵਾਦ ਕਰਦਾ ਸਭ ਦਾ ਹੀ ਕਰਦਾ। ਦੇਖੋ ਅੱਜ ਸਭ ਗਿਲੇ ਸ਼ਿਕਵੇ ਮਾਫ਼ ਹੈ ਵੀਰ, ਅੱਜ ਸਭ ਮਾਫ਼ ਹੈ। ਦੇਖੋ ਮੈਂ ਹਮੇਸ਼ਾ ਕਹਿੰਦਾ ਕਿ ਬੱਦਲ ਆਉਂਦੇ ਆ ਤਾਂ ਫਿਰ ਸੂਰਜ ਉੱਗਦਾ ਨਾ। ਦੇਖੋ ਟਾਈਮ ਲੱਗ ਜਾਂਦਾ ਕਿਸੇ ਚੀਜ਼ਾਂ ਨੂੰ, ਲੇਕਿਨ ਅੱਜ ਉਹਨਾਂ ਨੇ ਖਬਰ ਸੁਣ ਕੇ ਤੁਹਾਡੇ ਮੀਡੀਆ ਦੇ ਰਾਹੀਂ ਅੱਜ ਤਰੁਣ ਦਾ ਉਹ ਚੀਜ਼ਾਂ ਦੇਖੀਆਂ, ਸਮਝੀਆਂ, ਹਾਲਾਤ ਸਮਝੀਆਂ। ਅੱਜ ਤਰੁਣ ਨੂੰ, ਉਹ ਤਰੁਣ ਜਿਹੜਾ ਗਰਵ ਹੈ ਪੰਜਾਬ ਦਾ, ਇਸ ਦੇਸ਼ ਦਾ, ਜਿਹਨੇ 18 ਇੰਟਰਨੈਸ਼ਨਲ ਮੈਡਲ ਜਿੱਤੇ, ਉਹਨੂੰ ਦਾ ਹੱਕ ਮਿਲਿਆ। ਮੈਂ ਧੰਨਵਾਦ ਕਰਨਾ ਚਾਹੂੰਗਾ ਮਾਨ ਸਾਹਿਬ ਦਾ, ਸਰਦਾਰ ਭਗਵੰਤ ਸਿੰਘ ਮਾਨ ਦਾ, ਮੀਤ ਹਾਇਰ ਸਾਹਿਬ ਦਾ, ਮੈਂ ਸਭ ਦਾ ਧੰਨਵਾਦ ਕਰਨਾ ਚਾਹੂੰਗਾ, DC ਲੁਧਿਆਣਾ, ADC ਲੁਧਿਆਣਾ, ਖੰਨਾ ਪ੍ਰਸ਼ਾਸਨ, ਮੈਂ ਹਰ ਇੱਕ ਆਦਮੀ ਜਿਹਨੇ ਤਰੁਣ ਦਾ ਸਾਥ ਦਿੱਤਾ, ਮੈਂ ਉਹਦਾ ਧੰਨਵਾਦ ਕਰ। ਤਰੁਣ ਇੱਕ ਪ੍ਰਾਈਡ ਹੈ ਪੰਜਾਬ ਦਾ, ਇਸ ਦੇਸ਼ ਦਾ। ਤਰੁਣ ਰੋਲ ਮਾਡਲ ਹੈ ਲੱਖਾਂ ਨੌਜਵਾਨਾਂ ਦਾ, ਤਰੁਣ ਰੋਲ ਮਾਡਲ ਹੈ ਉਹ ਪੰਜਾਬ ਦਾ ਭਵਿੱਖ, ਜਿਹੜੇ ਵਿਦੇਸ਼ਾਂ 'ਚ ਜਾਂਦੇ ਪਏ ਹੈ, ਜਿਹੜੇ ਨਸ਼ੇ ਨੂੰ ਅਪਣਾਉਂਦੇ ਪਏ ਹੈ। ਦੇਖੋ ਜੇ ਤਰੁਣ ਕਰਕੇ ਦਿਖਾ ਸਕਦਾ, ਮੈਨੂੰ ਕਈਆਂ ਨੇ ਕਿਹਾ ਤਰੁਣ ਹੈਂਡੀਕੈਪਟ, ਤਰੁਣ ਹੈਂਡੀਕੈਪਟ ਨਹੀਂ ਹੈ ਦੋਸਤ, ਜੇ ਇਹ ਹੈਂਡੀਕੈਪਟ ਹੁੰਦਾ ਨਾ ਤਾਂ ਇਹ 18 ਇੰਟਰਨੈਸ਼ਨਲ ਮੈਡਲ ਨਾਲ ਲਿਆਉਂਦਾ। ਹੈਂਡੀਕੈਪਟ ਬੰਦਾ ਜਿਸਮਾਨੀ ਹੁੰਦਾ, ਮੈਂ ਕਹੂੰਗਾ ਆਤਮਾ ਤੋਂ ਨਹੀਂ, ਜਿਹੜਾ ਆਤਮਾ ਤੋਂ ਹਾਰ ਮੰਨ ਲਵੇ ਨਾ ਕਿ ਹੈਂਡੀਕੈਪ ਹੈ, ਉਹ ਹੈਂਡੀਕੈਪਡ ਹੈ। ਨਾ ਇਹਨੇ ਸਰੀਰ ਪਾਸੋਂ ਮੰਨਿਆ, ਨਾ ਇਹਨੇ ਆਤਮਾ ਪਾਸੋਂ ਮੰਨਿਆ, ਹੈਂਡੀਕੈਪ ਉਹ ਹੈ ਜਿਹੜਾ ਸਰੀਰ ਜਿਸਮਾਨੀ ਪਾਸੋਂ ਮੰਨ ਲਵੇ। ਤਰੁਣ ਵਰਗੇ ਨੌਜਵਾਨ ਤਾਂ ਇੰਸਪੀਰੇਸ਼ਨ ਹੈ। ਸੋ ਮੈਂ ਧੰਨਵਾਦ ਕਰਨਾ ਚਾਹੂੰਗਾ ਮੀਡੀਆ ਦਾ, ਸਾਡੇ ਪੰਜਾਬ ਦਾ, ਲੁਧਿਆਣੇ ਦਾ ਮੀਡੀਆ ਦਾ। ਇਹ ਜਿੱਤ ਤੁਹਾਡੀ ਜਿੱਤ ਹੈ, ਮੈਂ ਇਹਨੂੰ ਫਿਰ ਕਹਾਂਗਾ ਕਿ ਜਿੱਤ ਹਾਰ ਵੀ ਨਹੀਂ ਹੈ, ਮੈਂ ਇਹ ਕਹਾਂਗਾ ਕਿ ਇਹ ਹੱਕ ਹੈ, ਇਹ ਹੱਕ ਤੁਸੀਂ ਲੈ ਕੇ ਦਿੱਤਾ ਵੈ। ਤਰੁਣ ਵਰਗੇ ਲੱਖਾਂ ਨੌਜਵਾਨ ਜਿਹੜੇ ਵੀਡੀਓ ਦੇਖਦੇ ਹੋਣਗੇ, ਮੈਂ ਉਹਨਾਂ ਨੂੰ ਕਹਾਂਗਾ ਕਿ ਨਸ਼ੇ ਨੂੰ ਨਹੀਂ ਖੇਡਾਂ ਨੂੰ ਅਪਣਾਓ, ਸਰਕਾਰਾਂ ਜ਼ਰੂਰ ਸੁਣਨਗੀਆਂ ਜੇ ਤੁਹਾਡੀ ਆਵਾਜ਼ 'ਚ ਹੱਕ ਸੱਚ ਹੋਏਗਾ। ਕੁਮਾਰ ਜੀ, ਇਹਨਾਂ ਦੇ ਫਾਦਰ ਨੂੰ ਮੈਂ ਮਿਲਿਆ ਹੋਇਆ, ਉਹਨਾਂ ਦੀ ਆਸ ਇੱਕੋ ਹੀ ਸੀ ਕਿ ਤਰੁਣ ਨੂੰ ਸਰਕਾਰੀ ਨੌਕਰੀ ਮਿਲ ਜਾਏ, ਪਰ ਉਹ ਇਸ ਆਸ ਦੇ ਵਿੱਚ ਇਸ ਦੁਨੀਆ ਨੂੰ ਰੁਖਸਤ ਹੋ ਗਏ। ਪਰ ਲੱਗਦਾ ਅੱਜ ਦਹੀਂ ਨੂੰ ਜਾਗ ਲੱਗ ਗਈ ਦੋਸਤ, ਅੱਜ ਦਹੀਂ ਨੂੰ ਜਾਗ ਲੱਗ ਗਈ ਹੈ, ਅੱਜ ਸ਼ੁਰੂਆਤ ਹੋਈ ਹੈ। ਅੱਜ ਆਊਟਸੋਰਸ 'ਤੇ ਨੌਕਰੀ ਮਿਲੀ ਹੈ, 13,500 'ਚ ਨਗਰ ਨਿਗਮ ਕਾਰਪੋਰੇਸ਼ਨ ਕਲਰਕ 'ਚ ਨੌਕਰੀ ਮਿਲੀ ਹੈ। ਆਉਣ ਵਾਲੇ ਟਾਈਮ 'ਚ ਸਾਨੂੰ ਪੂਰੀ ਉਮੀਦ ਹੈ ਕਿ ਤਰੁਣ ਵਰਗੇ ਇੰਟਰਨੈਸ਼ਨਲ ਖਿਡਾਰੀ ਨੂੰ ਪੱਕਾ ਕੀਤਾ ਜਾਏਗਾ। ਰਹੀ ਗੱਲ ਤਰੁਣ ਦੇ ਫਾਦਰ ਦੀ, ਉਹ ਅੱਜ ਵੀ ਜਿੱਥੇ ਵੀ ਹੈ ਉਹ ਤਰੁਣ ਨੂੰ ਆਸ਼ੀਰਵਾਦ ਦਿੰਦੇ ਹੋਣਗੇ, ਦੁਆਵਾਂ ਦਿੰਦੇ ਹੋਣਗੇ, ਉਹਨਾਂ ਦੀ ਆਤਮਾ ਅੱਜ ਖੁਸ਼ ਹੋਏਗੀ ਦੋਸਤ, ਅੱਜ ਖੁਸ਼ ਹੋਏਗੀ। ਸਰ ਮੈਂ ਉਹ ਦਿਨ ਵੀ ਯਾਦ ਆ ਜਦੋਂ ਤੁਸੀਂ ਬੱਸ 'ਚੋਂ ਇਕੱਲੇ ਉਤਰੇ ਸੀ, ਉਦੋਂ ਵੀ ਤੁਸੀਂ ਕਿਹਾ ਸੀ ਮੈਨੂੰ ਸਰਕਾਰ 'ਤੇ ਇੰਨਾ ਨਾਰਾਜ਼ਗੀ ਆ ਕਿ ਮੈਂ ਬੱਸ 'ਚੋਂ ਉਤਰਿਆ ਪਰ ਸਵਾਗਤ ਕਰਨ ਲਈ ਖੰਨੇ 'ਚ ਕੋਈ ਨਹੀਂ, ਉਦੋਂ MLA ਖੰਨਾ ਵੀ ਨਹੀਂ ਆਏ ਸੀਗੇ, ਬਾਅਦ 'ਚੋਂ ਤੁਹਾਡੇ ਘਰ ਜ਼ਰੂਰ ਆ ਗਏ। ਦੇਖੋ ਕਈ ਵਾਰ ਸ਼ਡਿਊਲ ਉਹਨਾਂ ਦਾ ਬਿਜ਼ੀ ਸੀਗਾ, ਮੈਂ ਉਹਨਾਂ ਨਾਲ ਰਾਬਤਾ ਕਰਿਆ ਸੀਗਾ। ਉਸ ਟਾਈਮ MLA ਸਾਹਿਬ ਕਹਿ ਰਹੇ ਸੀ ਕਿ ਭਗਵੰਤ ਮਾਨ ਸਾਹਿਬ ਦੀ ਰੈਲੀ ਵੀ ਸੀਗੀ। ਸੋ ਮੇਰਾ ਹੁਣ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਗਿਲਾ ਅਜਿਹਾ ਕਿਸੇ ਨਾਲ ਨਹੀਂ ਹੈ, ਮੈਂ ਹੁਣ ਵੀ ਧੰਨਵਾਦ ਕਰਦਾ ਸਭ ਦਾ ਹੀ ਕਰਦਾ। ਹੁਣ ਪਰਿਵਾਰ 'ਚ ਖੁਸ਼ੀ ਲੈ ਰਿਹਾ ਕਿਉਂਕਿ ਭਰਾ ਵਾ ਤੁਹਾਡੇ ਮਦਰ ਨੇ ਅਤੇ ਤੁਹਾਡੀ ਭਰਜਾਈ ਆ ਹੁਣ। ਜ਼ਰੂਰ ਵੀਰੇ ਜ਼ਰੂਰ, ਲੇਕਿਨ ਕਮੀ ਫਾਦਰ ਸਾਹਿਬ ਦੀ ਹੁਣ ਵੀ ਮਹਿਸੂਸ ਹੁੰਦੀ ਹੈ ਕਿ ਕਾਸ਼ ਜੇ ਹੁੰਦੇ ਤਾਂ ਉਹਨਾਂ ਦੀ ਸਮਾਈਲ ਵੱਖਰੀ ਹੁੰਦੀ ਅਤੇ ਅੱਜ ਬਹੁਤ ਕੁਛ ਹੁੰਦਾ। ਅੱਗੇ ਕੀ ਚਾ ਇਹ ਤੁਸੀਂ ਓਲੰਪਿਕ ਖੇਡਣ ਦੇ ਕਰ ਰਹੇ ਹੋ ਕੋਸ਼ਿਸ਼? ਗੇਮ ਕੰਟੀਨਿਊ ਰੱਖੂੰਗਾ ਜੋਬ ਦੇ ਨਾਲ ਨਾਲ। ਓਲੰਪਿਕ ਖੇਡਣ ਲਈ ਜਾ ਰਹੇ ਹੋ? ਨਹੀਂ ਅਜੇ ਨਹੀਂ, ਕਿਉਂਕਿ ਉਸ ਹਿਸਾਬ ਦੀ ਤਿਆਰੀ ਨਹੀਂ ਹੈ ਕੁਝ। ਹੁਣ ਆਪਣੇ ਆਪ ਨੂੰ ਪ੍ਰਿਪੇਅਰ ਕਰੂੰਗਾ ਅਤੇ ਜੋ ਵੀ ਅਪਰੇਡ ਹੋਊਗੀ ਮੈਂ ਦਿੰਦਾ। ਤੁਸੀਂ ਫ੍ਰੀ 'ਚ ਬੱਚਿਆਂ ਨੂੰ ਕਰਾਟੇ ਸਿਖਾਉਂਦੇ ਸੀ, ਉਹ ਕੰਟੀਨਿਊ ਆ? ਹਾਂਜੀ ਉਹ ਕੰਟੀਨਿਊ ਚੱਲ ਰਿਹਾ, ਵਰਧਮਾਨ ਸਟੀਨ ਮਿਲ ਲੁਧਿਆਣਾ ਵੱਲੋਂ ਸ਼ਾਮ ਨੂੰ 2 ਘੰਟੇ 5 ਤੋਂ 7